ਅਨੰਦਪੁਰ ਸਾਹਿਬ ਮਲਵਿੰਦਰ ਕੰਗ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਵਿਚਾਲੇ ਮੁਕਾਬਲਾ, ਠੀਕ ਹੈ, ਵਿਜੇਂਦਰ ਸਿੰਗਲਾ ਰੂਲ ਆਊਟ? ਨਹੀਂ, ਬਿਲਕੁਲ, ਵਿਜੇਂਦਰ ਸਿੰਗਲਾ ਰੂਲ ਆਊਟ ਤੇ ਉੱਥੋਂ ਜਿਹੜੇ ਸੁਭਾਸ਼ ਸ਼ਰਮਾ ਵੀ ਰੂਲ ਆਊਟ, ਸੁਭਾਸ਼ ਸ਼ਰਮਾ ਵੀ ਸਿੱਧਾ ਮਤਲਬ ਝਾੜੂ ਤੇ ਅਕਾਲੀ ਦਲ ਚ ਫਾਈਟ ਕਰ ਰਿਹਾ। ਮੈਨੂੰ ਲੱਗਦਾ ਸਿੰਗਲਾ ਨੂੰ ਰੂਲ ਆਊਟ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਕ ਜਿਹੜਾ ਪਾਰਟੀ ਦਾ ਬੇਸ ਹੁੰਦਾ ਉਹ ਤਾਂ ਹੁੰਦਾ ਹੀ ਹੈ, ਔਰ ਪਾਰਟੀ ਪਿਛਲੀ ਵਾਰੀ ਮਤਲਬ ਤੁਹਾਨੂੰ ਲੱਗਦਾ ਕਿ ਤਿਕੋਣਾ ਮੁਕਾਬਲਾ ਉੱਥੇ ਹੈ? ਹਾਂ, ਪਰਮਿੰਦਰ, ਮੈਂ ਤਾਜ਼ਾ ਇਤਿਹਾਸ ਰਿਹਾ ਅਨੰਦਪੁਰ ਸਾਹਿਬ ਦਾ ਕਿ ਬਾਹਰੀ ਕੈਂਡੀਡੇਟ ਜਿੱਤਦੇ ਰਹੇ, ਚਾਹੇ ਪਹਿਲਾਂ ਵਿਜੇਂਦਰ ਸਿੰਗਲਾ ਦੀ ਗੱਲ ਕੀਤੀ ਜਾਵੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕੀਤੀ ਜਾਵੇ, ਪਰ ਇਸ ਵਾਰ ਮੈਨੂੰ ਲੱਗਦਾ ਮੁਕਾਬਲਾ ਜਿਹੜਾ ਇਸ ਵਾਰ ਤਾਂ ਸਭ ਤੋਂ ਬਾਹਰੀ ਮੈਨੂੰ ਲੱਗਦਾ ਕਿ ਵਿਜੇਂਦਰ ਸਿੰਗਲਾ ਹੀ ਨੇ। ਹਾਂ, ਸਭ ਤੋਂ ਜ਼ਿਆਦਾ ਵਾਰੀ ਸ਼ਰਮਾ ਦੇ, ਬਿਲਕੁਲ, ਸੰਗਰੂਰ ਤੋਂ ਅਨੰਦਪੁਰ ਸਾਹਿਬ ਆਏ ਨੇ, ਪਰ ਮੁਕਾਬਲਾ ਜਿਹੜਾ ਚੰਦੂ ਮਾਜਰਾ ਤੇ ਮਲਵਿੰਦਰ ਕੰਗ ਦੇ ਵਿੱਚ, ਚਲੋ ਮੈਂ ਇੱਕ ਦੋ ਸਾਡੇ ਸਹਿਯੋਗੀ ਨੇ ਉਹਨਾਂ ਤੋਂ ਵੀ ਪੁੱਛਦਾ ਕਿ ਅਨੰਦਪੁਰ ਸਾਹਿਬ ਆ ਗਈ ਸੀਟ, ਥੋਮਸ ਕੌਣ ਜਿੱਤ ਰਿਹਾ? ਬਹੁਤ ਸੋਚਾਂ 'ਚ ਬਹਿ ਗਿਆ ਇਹ, ਜਿੱਦਾਂ 2-3 ਦਿਨਾਂ ਤੋਂ ਐਗਜ਼ਿਟ ਪੋਲ ਚੱਲ ਰਹੀ ਸੀ, ਮੈਂ ਤਾਂ ਉਹਦੇ ਹਿਸਾਬ ਨਾਲ ਦੇਖ ਰਿਹਾ। ਹਾਂ, ਖੁੱਲ ਕੇ ਬੋਲ ਲੈ, ਕੋਈ ਚੱਕਰ ਨਹੀਂ, ਮਲਵਿੰਦਰ ਸਿੰਘਲਾ, ਠੀਕ ਹੈ, ਕੰਗ ਤੇ ਵਿਜੇਂਦਰ ਸਿੰਗਲਾ, ਕੀ ਸਰ ਮੇਰੇ ਹਿਸਾਬ ਨਾਲ ਤੇ 1-on-1 ਹੀ ਹੈ ਫਿਲਹਾਲ, ਕੰਗ। ਅੱਛਾ, ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਹੈ, ਆਮ ਆਦਮੀ ਪਾਰਟੀ ਰੂਲ ਆਊਟ ਕਿਸੇ ਨੂੰ ਵੀ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਦੇਖੋ ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਆ ਉੱਥੇ ਅੰਬਿਕਾ ਸੋਨੀ ਜਿੱਤੇ ਜਾਂ ਮਨੀਸ਼ ਤਿਵਾੜੀ ਜਿੱਤੇ, ਤੇ ਮਨੀਸ਼ ਤਿਵਾੜੀ ਦਾ ਉੱਥੋਂ ਚਲੇ ਜਾਣਾ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਤਾਂ ਗੱਲ ਹੋਏਗੀ ਨਾ ਕਿ ਕਾਂਗਰਸ ਦੇ ਕੈਂਡੀਡੇਟ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਉਹ ਦੁਬਾਰਾ ਉੱਥੇ ਘੱਟ ਹੀ ਗਏ, ਤੇ ਹੁਣ ਦੁਬਾਰਾ ਤੋਂ ਇੱਕ ਬਾਹਰੀ ਬੰਦਾ ਲਿਆਤਾ, ਤੇ ਕਈ ਵਾਰੀ ਜਿਹੜੇ ਕਾਂਗਰਸ ਦੇ ਸਿਟਿੰਗ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਲੱਗਦਾ ਕਿ ਬਾਹਰੋਂ ਬੰਦਾ ਲਿਆ ਕੇ ਸਾਡੇ ਤੇ ਲੈ ਜਾਂਦਾ, ਉੱਥੇ ਬਹੁਤ ਸਾਰੇ ਨਏ ਆਗੂ ਕਾਂਗਰਸ ਦੇ ਜਿਨ੍ਹਾਂ ਨੂੰ ਟਿਕਟ ਦਿੱਤੀ ਜਾ ਸਕਦੀ ਸੀ, ਠੀਕ ਹੈ, ਮਹੀਨੇ ਦੇ ਵਿੱਚ ਤਾਂ ਕਿਸੇ ਗਲੀ ਮਹੱਲੇ ਦਾ ਜਾਂ ਸ਼ਹਿਰ ਦਾ ਵੀ ਨਹੀਂ ਪਤਾ ਲੱਗਦਾ, ਕਿਸੇ ਨੂੰ ਨਹੀਂ ਪਤਾ ਲੱਗਦਾ, ਸਹੀ ਗੱਲ ਹੈ, ਖਾਲਸਾ ਜੀ ਮੈਨੂੰ ਲੱਗਦਾ ਅਨੰਦਪੁਰ ਸਾਹਿਬ ਤੋਂ ਹੈ, ਦੱਸੋ ਫਿਰ ਕੌਣ ਜਿੱਤ ਰਿਹਾ ਜੀ? ਮਾਲਵਿੰਦਰ ਕੰਗ ਦੇ ਜ਼ਿਆਦਾ ਆਸਾਰ ਨੇ ਜੀ ਉੱਥੇ, ਠੀਕ ਹੈ, ਕਿਉਂਕਿ ਮਾਲਵਿੰਦਰ ਕੰਗ ਇੱਕ ਤਾਂ ਲੋਕਲ ਨੇ, ਜਿਵੇਂ ਰਾਣਾ ਜੀ ਨੇ ਦੱਸਿਆ ਕਿ ਉੱਥੇ ਬਾਹਰੀ ਜ਼ਿਆਦਾ, ਕਾਂਗਰਸ ਵੀ ਬਾਹਰੀ ਨੇ, ਵਿਜੇਂਦਰ ਸਿੰਗਲਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਬਾਹਰੀ ਨੇ, ਇਸ ਕਰਕੇ ਉਹਨਾਂ ਦੇ ਆਸਾਰ ਜ਼ਿਆਦਾ ਬਣ ਜਾਂਦੇ, ਠੀਕ ਹੈ, ਚਲੋ ਮੈਨੂੰ ਲੱਗਦਾ ਕਿ ਆਪਾਂ ਮੈਨੂੰ ਲੱਗਦਾ ਕਿ ਜੇ ਮਨੀਸ਼ ਤਿਵਾੜੀ ਮੁੜ ਤੋਂ ਅਨੰਦਪੁਰ ਸਾਹਿਬ ਤੋਂ ਮੈਦਾਨ ਦੇ ਵਿੱਚ ਹੁੰਦੇ ਸ਼ਾਇਦ ਫਿਰ ਅੱਜ ਕਾਂਗਰਸ ਦਾ ਉੱਪਰ ਹੁੰਦਾ, ਠੀਕ ਹੈ, ਪਰ ਜਿਸ ਤਰ੍ਹਾਂ ਹਲਕਾ ਬਦਲਿਆ ਗਿਆ ਉੱਥੋਂ ਚੰਡੀਗੜ੍ਹ ਆ ਗਏ, ਉਹ ਨਿਬੜ ਗਿਆ ਕੰਮ, ਮੈਨੂੰ ਲੱਗਦਾ ਕਿ ਕੰਗ ਦੇ ਪੱਖ ਦੇ ਵਿੱਚ ਹੈ ਕਿ ਅਪਰ ਹੈਂਡ ਕੰਗ ਦੇ ਕੋਲ ਹੈ, ਮਲਵਿੰਦਰ ਕੰਗ, ਮੈਨੂੰ ਲੱਗਦਾ ਫਿਰ ਇਨਫੈਕਟ ਜਿਹੜੇ ਸਾਡੇ ਕੋਲ ਹਲਕੇ ਦੇ ਲੋਕ ਵੀ ਜੁੜੇ ਹੋਏ ਨੇ ਉਹ ਮਲਵਿੰਦਰ, ਇਨਫੈਕਟ ਜਿੱਥੇ ਮਲਵਿੰਦਰ ਕੰਗ ਦੀ ਫਾਈਟ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਵੀ ਕਹੀ ਜਾ ਰਹੀ ਹੈ, ਤਾਂ ਫਾਈਟ ਅਕਾਲੀ ਦਲ ਦੇ ਨਾਲ ਹੈ, ਬਿਲਕੁਲ, ਫਾਈਟ ਮੈਨੂੰ ਲੱਗਦਾ ਅਕਾਲੀ ਦਲ ਦੇ ਨਾਲ ਨਹੀਂ ਗੌਰਵ, ਫਾਈਟ ਅਕਾਲੀ ਦਲ ਦੇ ਨਾਲ ਹੈ ਹੀ, ਪਰ ਕਾਂਗਰਸ ਨੂੰ ਵੀ ਮੈਂ ਰੂਲ ਆਊਟ ਨਹੀਂ ਕਰ ਰਿਹਾ, ਬੀਜੇਪੀ ਰੂਲ ਆਊਟ ਹੈ ਉੱਥੇ, ਬੀਜੇਪੀ ਰੂਲ ਆਊਟ ਹੈ ਉੱਥੇ, ਦੋ ਦੇਖੋ ਖਰੜ ਮੋਹਾਲੀ ਵਰਗੇ ਹਲਕੇ ਆਉਂਦੇ ਨੇ ਜਿੱਥੇ ਸ਼ਹਿਰੀ ਵੋਟ ਹੈ, ਰੋਪੜ ਦਾ ਹਲਕਾ ਉਹਦੇ ਵਿੱਚ ਆਉਂਦਾ, ਉਸ ਤੋਂ ਇਲਾਵਾ ਗੌਰਵ 6 ਹਲਕੇ ਹੋਰ ਵੀ ਹੈ ਜਿੱਥੇ ਬੀਜੇਪੀ ਦਾ ਕੋਈ ਇੰਨਾ ਸੋਲਿਡ ਬੇਸ ਹੈ ਨਹੀਂ, ਜੇ ਸਪੈਸੀਫਿਕਲੀ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਹੀ ਕਰੀਏ, ਤੇ ਉੱਥੇ ਬੀਜੇਪੀ ਦਾ ਉਨਾ ਬੇਸ ਹੈ ਨਹੀਂ, ਮੈਂ ਬੀਜੇਪੀ ਨੂੰ ਰੂਲ ਆਊਟ ਕਰਦਾ ਕਿਉਂਕਿ ਬੀਜੇਪੀ ਨੇ ਬਿਲਕੁਲ ਲਾਸਟ ਤੇ ਜਾ ਕੇ ਉੱਥੇ ਸੀਟ ਡਿਕਲੇਅਰ ਕੀਤੀ ਸੀਗੀ, ਤੇ ਉਹ ਕੈਂਡੀਡੇਟ ਵੀ ਉਹਨੇ ਕੱਦਾਵਰ ਹੈ ਨਹੀਂ ਜਿੰਨੇ ਬਾਕੀ ਪਾਰਟੀਆਂ ਦੇ ਹੈ। ਬੀਜੇਪੀ ਦਾ ਮੈਨੂੰ ਇਹੀ ਕਮਜ਼ੋਰ ਪੱਖ ਲੱਗਦਾ ਹੈ ਕਿ ਇੱਕ ਤਾਂ ਕੈਂਡੀਡੇਟ ਉੱਥੇ ਕਮਜ਼ੋਰ ਹੈ, ਔਰ ਦੂਸਰਾ ਉਹਨਾਂ ਦਾ ਜਿਹੜੀ ਪ੍ਰਚਾਰ ਸੀ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਿਆ, ਇਸ ਕਰਕੇ ਬੀਜੇਪੀ ਥੋੜ੍ਹਾ ਮੈਨੂੰ ਪਿੱਛੇ ਲੱਗ ਰਹੀ ਹੈ, ਠੀਕ ਹੈ, ਚਲੋ ਮੈਨੂੰ ਲੱਗਦਾ ਕਿ ਆਪਾਂ ਸਾਰੇ ਇਸ ਚੀਜ਼ ਤੇ ਸਹਿਮਤ ਹਾਂ ਕਿ ਅਨੰਦਪੁਰ ਸਾਹਿਬ ਦੇ ਵਿੱਚ ਕੰਗ ਦੇ ਕੋਲ ਅਪਰ ਹੈਂਡ ਹੈ, ਸਭ ਤੋਂ ਲੇਟ ਬੀਜੇਪੀ ਨੇ ਉੱਥੇ ਸੀਟ ਡਿਕਲੇਅਰ ਕੀਤੀ ਹੈਗੀ, ਬਿਲਕੁਲ, ਚਲੋ ਕੰਗ ਆਮ ਆਦਮੀ ਪਾਰਟੀ ਲਿਖ ਲੈਂਦੇ ਹਾਂ ਕਿ ਇੱਥੇ ਕੰਗ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਾਤੇ ਦੇ ਵਿੱਚ ਫਿਲਹਾਲ ਅਪਰ ਹੈਂਡ, ਜਿੱਤ ਹਾਰ ਆਪਾਂ ਨੂੰ ਚੋਣਾਂ ਦੇ ਨਤੀਜਿਆਂ 'ਚ ਹੀ ਪਤਾ ਲੱਗਣਾ, ਉਸ ਤੋਂ ਬਾਅਦ